ਇਲਾਕੇ ਦੇ ਵਿੱਚ ਜਿਹੜਾ ਮੁਸਲਿਮ ਭਾਈਚਾਰਾ ਇਸ ਵੇਲੇ ਨਜ਼ਰ ਆ ਰਿਹਾ ਔਰ ਕੁਝ ਵੀ ਸਮਾਂ ਪਹਿਲਾਂ ਇੱਥੇ ਵਿਰੋਧਤਾ ਦਰਜ ਕਰਵਾਈ ਗਈ ਹੈ ਕਿ ਇੰਨਾ ਜ਼ਿਆਦਾ ਗੁੱਸਾ ਜਿਹੜਾ ਮੁਸਲਿਮ ਭਾਈਚਾਰੇ ਦੇ ਵਿੱਚ ਇਸ ਬਿੱਲ ਨੂੰ ਲੈ ਕੇ ਕਿਉਂ ਹੈ। ਕੈਬ ਬਿੱਲ ਨੂੰ ਪਾਸ ਕਰਕੇ ਬੀਜੇਪੀ ਸਰਕਾਰ ਨੇ ਆਪਣਾ ਉਹ ਏਜੰਡਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਆਰਐਸਐਸ ਦਾ ਮੁੱਢ ਤੋਂ ਏਜੰਡਾ ਰਿਹਾ ਹੈ। ਇਹ ਦਬਾਵਾ ਕੇ ਕਦੇ ਨਾ ਕਦੇ ਕੋਈ ਨਾ ਕੋਈ ਇਹੋ ਜਿਹੇ ਬਿੱਲ ਲੈ ਕੇ ਆਉਂਦੇ ਨੇ, ਕਦੇ ਸ਼ਸਤਰ ਧਾਰਾ ਹਟਾਉਣ ਦੀ ਗੱਲ ਕਰਦੇ ਨੇ, ਕਦੇ ਮੁਸਲਮਾਨ ਭਾਈਚਾਰੇ ਦੇ ਸਿੱਖ ਭਾਈਚਾਰੇ ਦੇ ਮੰਦਰ ਢਾਹੇ ਜਾ ਰਹੇ ਨੇ, ਕਦੇ ਗੁਰਦੁਆਰੇ ਢਾਹੇ ਜਾ ਰਹੇ ਨੇ। ਇਹ ਬਹੁਤ ਹੀ ਜਿਹੜੀ ਇਹ ਭਾਜਪਾ ਹੈ ਇਹਦਾ ਜਿਹੜਾ ਅਸਲੀ ਮਖੌਟਾ ਹੈ ਉਹ ਸਾਰਿਆਂ ਦੇ ਸਾਹਮਣੇ ਹੁਣ ਨੰਗਾ ਹੋ ਚੁੱਕਿਆ। ਅੱਜ ਮੁਸਲਮਾਨਾਂ ਦਾ ਨਾਮ ਆਇਆ, ਕੱਲ੍ਹ ਨੂੰ ਕਿਸੇ ਹੋਰ ਘੱਟ ਗਿਣਤੀਆਂ ਦਾ ਵੀ ਨਾਮ ਆ ਸਕਦਾ ਆ, ਕਿਉਂਕਿ ਮੋਦੀ ਸਾਹਿਬ ਨੇ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਇੱਕ ਪਹਿਲਾ ਕਦਮ ਚੁੱਕਿਆ, ਲਾ ਲਓ ਕਿ ਇੱਕ ਪੌੜੀ ਪਹਿਲੀ ਪੌੜੀ ਉਹ ਚੜ੍ਹ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਾਸਿਫ ਫਾਰੂਕੀ। ਅੱਜ ਮਲੇਰਕੋਟਲਾ ਦੇ ਵਿੱਚ ਸਿਟੀਜ਼ਨ ਅਮੈਂਡਮੈਂਟ ਬਿੱਲ ਨੂੰ ਲੈ ਕੇ ਜਿਹੜਾ ਬੜਾ ਭਾਰੀ ਵਿਰੋਧ ਪ੍ਰਦਰਸ਼ਨ ਦਰਜ ਕਰਵਾਇਆ ਗਿਆ ਮੁਸਲਿਮ ਭਾਈਚਾਰੇ ਤੋਂ, ਤੁਹਾਨੂੰ ਤਸਵੀਰਾਂ ਦਿਖਾਵਾਂਗਾ ਮੈਂ ਇਸ ਵੇਲੇ ਸਰਹੰਦੀ ਗੇਟ ਦੇ ਵਿੱਚ ਜਿਹੜਾ ਰੋਸ ਮੁਜ਼ਾਹਰਾ ਉਹ ਕੀਤਾ ਗਿਆ। ਵੱਡੀ ਗਿਣਤੀ ਦੇ ਵਿੱਚ ਜਿਹੜੇ ਮੁਸਲਿਮ ਸਮਾਜ ਦਾ ਭਾਈਚਾਰਾ ਹੈਗਾ, ਮੁਸਲਿਮ ਸਮਾਜ ਦੇ ਲੋਕ ਹੈਗੇ ਨੇ, ਉਹ ਸਰਹੰਦੀ ਗੇਟ ਜਿੱਥੇ ਮੁਜ਼ਾਹਰਾ ਨਿਰਧਾਰਿਤ ਕੀਤਾ ਗਿਆ ਸੀ ਉੱਥੇ ਪਹੁੰਚੇ ਨੇ ਔਰ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਨਾਅਰੇਬਾਜ਼ੀ ਹੈ ਉਹ ਕੀਤੀ ਜਾ ਰਹੀ ਹੈ। ਬੜੇ ਗੁੱਸੇ ਦੇ ਵਿੱਚ ਜਿਹੜਾ ਮੁਸਲਿਮ ਭਾਈਚਾਰਾ ਇਸ ਵੇਲੇ ਨਜ਼ਰ ਆ ਰਿਹਾ ਔਰ ਕੁਝ ਹੀ ਸਮਾਂ ਪਹਿਲਾਂ ਇੱਥੇ ਵਿਰੋਧਤਾ ਦਰਜ ਕਰਵਾਈ ਗਈ ਹੈ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕੀਤਾ ਹੈ ਕਿ ਜਿਹੜਾ ਨਵਾਂ ਬਿੱਲ ਹੈਗਾ, ਨਾਗਰਿਕਤਾ ਦਾ ਨਵਾਂ ਬਿੱਲ ਹੈਗਾ, ਉਸ ਨੂੰ ਪੰਜਾਬ ਦੇ ਵਿੱਚ ਕਿਸੇ ਹਾਲਤ ਦੇ ਵਿੱਚ ਵੀ ਜਿਹੜਾ ਲਾਗੂ ਨਹੀਂ ਕੀਤਾ ਜਾਏਗਾ। ਪਰ ਤਸਵੀਰਾਂ ਤੁਹਾਡੇ ਸਾਹਮਣੇ ਨੇ, ਵੱਡਾ ਬਹੁਤ ਜ਼ਿਆਦਾ ਗੁੱਸਾ ਹੈ ਜਿਹੜਾ ਮੁਸਲਿਮ ਭਾਈਚਾਰੇ ਦੇ ਵਿੱਚ। ਸਾਡੇ ਨਾਲ ਮੁਸਲਿਮ ਭਾਈਚਾਰੇ ਦੇ ਕੁਝ ਨੁਮਾਇੰਦੇ ਵੀ ਨੇ ਜਿਹੜਾ ਆਪਣਾ ਵਿਰੋਧ ਦਰਜ ਕਰਵਾਉਣ ਇੱਥੇ ਪਹੁੰਚੇ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇੰਨਾ ਜ਼ਿਆਦਾ ਗੁੱਸਾ ਜਿਹੜਾ ਮੁਸਲਿਮ ਭਾਈਚਾਰੇ ਦੇ ਵਿੱਚ ਇਸ ਬਿੱਲ ਨੂੰ ਲੈ ਕੇ ਕਿਉਂ ਹੈ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕਰ ਦਿੱਤਾ ਹੈ ਕਿ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਨਵਾਂ ਨਾਗਰਿਕਤਾ ਬਿੱਲ ਹੈਗਾ, ਨਵਾਂ ਕਾਨੂੰਨ ਹੈਗਾ, ਉਹ ਪੰਜਾਬ ਦੇ ਵਿੱਚ ਲਾਗੂ ਨਹੀਂ ਕੀਤਾ ਜਾਏਗਾ। ਸਾਡੇ ਨਾਲ ਕੁਝ ਕੁ ਨੁਮਾਇੰਦੇ ਨੇ ਮੁਸਲਿਮ ਭਾਈਚਾਰੇ ਦੇ ਨਾਲ ਗੱਲਬਾਤ ਕਰਦੇ ਹਾਂ। ਇੰਨਾ ਜ਼ਿਆਦਾ ਗੁੱਸਾ ਹੈ ਮੁਸਲਿਮ ਭਾਈਚਾਰੇ ਦੇ ਵਿੱਚ, ਕੀ ਕਾਰਨ ਮੰਨਦੇ ਹੋ? ਕੈਬ ਜਿਹੜਾ ਪਾਸ ਕੀਤਾ ਪਾਰਲੀਮੈਂਟ ਦੇ ਵਿੱਚ ਇਹ ਹਿੰਦੁਸਤਾਨ ਦੇ ਸੰਵਿਧਾਨ ਦੇ ਬਿਲਕੁਲ ਉਲਟ ਹੈ। ਭਾਰਤ ਦਾ ਸੰਵਿਧਾਨ ਦੀ ਧਾਰਾ 14 ਅਤੇ 15 ਦੇਸ਼ ਦੇ ਸਾਰੇ ਹੀ ਲੋਕਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੰਦੀਆਂ ਹਨ, ਪਰ ਇਸ ਕੈਬ ਬਿੱਲ ਨੂੰ ਪਾਸ ਕਰਕੇ ਬੀਜੇਪੀ ਸਰਕਾਰ ਨੇ ਆਪਣਾ ਉਹ ਏਜੰਡਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਆਰਐਸਐਸ ਦਾ ਮੁੱਢ ਤੋਂ ਏਜੰਡਾ ਰਿਹਾ ਹੈ, ਐਂਟੀ ਮੁਸਲਿਮ। ਮੁਸਲਮਾਨਾਂ ਨੂੰ ਇਸ ਦੇਸ਼ ਦੇ ਅੰਦਰ ਪਲੈਨਿੰਗ ਦੇ ਨਾਲ 2 ਨੰਬਰ ਦਾ ਸ਼ਹਿਰੀ ਬਣਾਉਣ ਦੇ ਲਈ ਇਹ ਬਿੱਲ ਪਾਸ ਕੀਤਾ ਗਿਆ ਹੈ। ਅਸੀਂ ਸਾਰੇ ਮੁਸਲਮਾਨ ਇਕਜੁੱਟ ਹੋ ਕੇ ਇਸ ਬਿੱਲ ਨੂੰ ਰੱਦ ਕਰਦੇ ਹਾਂ ਔਰ ਸਾਡਾ ਮੁਤਾਲਬਾ ਹੈ ਕਿ ਇਸ ਨੂੰ ਤੁਰੰਤ ਵਾਪਸ ਲਿਆ ਜਾਵੇ, ਰਾਸ਼ਟਰਪਤੀ ਇਸ ਨੂੰ ਮਨਜ਼ੂਰੀ ਨਾ ਦੇਵੇ। ਭਾਰਤ ਦਾ ਸੰਵਿਧਾਨ ਜਦੋਂ ਪਰ ਜਮੀਲ ਰਹਿਮਾਨ ਸਾਹਿਬ, ਜਿਹੜਾ ਰਾਸ਼ਟਰਪਤੀ ਨੇ ਤਾਂ ਮਨਜ਼ੂਰੀ ਦੇ ਦਿੱਤੀ ਹੈ, ਕਾਨੂੰਨ ਤਾਂ ਬਣ ਗਿਆ, ਹੁਣ ਕੀ ਅਗਲਾ ਕਦਮ ਰਹੇਗਾ ਤੁਹਾਡਾ? ਅਗਲਾ ਕਦਮ ਇਹ ਰਹੇਗਾ ਕਿ ਅਸੀਂ ਇਸ ਨੂੰ ਪਾਰਲੀਮੈਂਟ ਸੁਪਰੀਮ ਕੋਰਟ ਦੇ ਵਿੱਚ ਚੈਲੇਂਜ ਕਰਾਂਗੇ।
ਔਰ ਕਿਉਂਕਿ ਇਹ ਧਰਮ ਨਿਰਪੱਖ ਦੇਸ਼ ਹੈ, ਸੈਕੂਲਰ ਸਟੇਟ ਹੈ, ਸੈਕੂਲਰ ਸਟੇਟ ਦੇ ਵਿੱਚ ਸਰਕਾਰ ਦਾ ਕੋਈ ਧਰਮ ਨਹੀਂ ਹੋਇਆ ਕਰਦਾ। ਇੱਥੇ ਸਰਕਾਰ ਨੇ ਖੁੱਲ੍ਹੇ ਤੌਰ 'ਤੇ ਸ਼ੋਅ ਕੀਤਾ ਹੈ ਕਿ ਅਸੀਂ ਮੁਸਲਮਾਨ ਵਿਰੋਧੀ ਹਾਂ ਔਰ ਦਸਤੂਰ ਦੀ, ਭਾਰਤ ਦੇ ਸੰਵਿਧਾਨ ਦੀ ਘੋਰ ਉਲੰਘਣਾ ਹੋਈ ਹੈ ਇਸ ਬਿੱਲ ਨੂੰ ਪਾਸ ਕਰਕੇ, ਅਤੇ ਸਾਨੂੰ ਸੁਪਰੀਮ ਕੋਰਟ ਤੋਂ ਪੂਰਾ ਭਰੋਸਾ ਹੈ ਕਿ ਉਹ ਇਸ ਬਿੱਲ ਨੂੰ ਰੱਦ ਕਰੇਗੀ ਔਰ ਦੇਸ਼ ਦੇ ਮੁਸਲਮਾਨਾਂ ਨੂੰ ਇਨਸਾਫ ਮਿਲੇਗਾ। ਜੀ ਜੀ, ਸਾਡੇ ਨਾਲ ਇੱਥੇ ਸਿੱਖ ਭਾਈਚਾਰੇ ਦੇ ਲੋਕ ਵੀ ਹੈਗੇ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਘੱਟ ਗਿਣਤੀ ਜਿਹੜੀਆਂ ਕੌਮਾਂ ਹੈਗੀਆਂ ਇਸ ਫੈਸਲੇ ਨੂੰ ਕਿਵੇਂ ਦੇਖਦੀਆਂ ਨੇ, ਕੀ ਨਾਂ ਹੈ? ਪਿਆਰਾ ਸਿੰਘ ਖਾਲਸਾ ਮੇਰਾ ਨਾਂ ਹੈ ਜੀ। ਜੀ, ਜਿਹੜਾ ਇਹ ਨਾਗਰਿਕ ਸਿਹਤ ਬਿੱਲ ਜਿਹੜਾ ਇਹਨਾਂ ਨੇ ਪਾਸ ਕੀਤਾ ਗਿਆ, ਇਹ ਬਹੁਤ ਵੱਡਾ ਇੱਕ ਘੱਟ ਗਿਣਤੀਆਂ 'ਤੇ ਡਾਕਾ ਹੈਗਾ। ਇਹ ਇਹਨਾਂ ਦੇ ਜਿਹੜਾ ਹੈਗਾ ਸਾਡੇ ਕਾਨੂੰਨ ਦੀ ਇਹ ਉਲੰਘਣਾ ਕੀਤੀ ਗਈ ਹੈ, ਕਾਨੂੰਨ ਦਾ ਕਤਲ ਕੀਤਾ ਗਿਆ ਇਹ। ਇਸ ਲਈ ਅਸੀਂ ਇਹਦੀ ਘੋਰ ਨਿੰਦਿਆ ਕਰਦੇ ਹਾਂ ਕਿ ਇੱਕ ਮੁਸਲਿਮ ਵਰਗ ਨੂੰ ਕਿਸ ਤਰ੍ਹਾਂ ਇਹ ਜਲੀਲ ਕਰ ਰਹੇ ਨੇ ਕਿ ਇਹ ਵੱਡੇ ਮਤਲਬ ਕਿ ਛੋਟੀਆਂ ਘੱਟ ਗਿਣਤੀਆਂ ਦੇ ਉੱਤੇ ਇਹ ਮਤਲਬ ਕਿ ਦਬਾਅ ਪਾਉਣਾ ਚਾਹੁੰਦੇ ਨੇ। ਇਹ ਦਬਾਅ ਪਾ ਕੇ ਕਦੇ ਨਾ ਕਦੇ ਕੋਈ ਨਾ ਕੋਈ ਇਹੋ ਜਿਹੇ ਬਿੱਲ ਲੈ ਕੇ ਆਉਂਦੇ ਨੇ, ਕਦੇ ਸ਼ਸਤਰ ਧਾਰਾ ਹਟਾਉਣ ਦੀ ਗੱਲ ਕਰਦੇ ਨੇ, ਕਦੇ ਮੁਸਲਮਾਨ ਭਾਈਚਾਰੇ ਦੇ, ਸਿੱਖ ਭਾਈਚਾਰੇ ਦੇ ਮੰਦਰ ਢਾਹੇ ਜਾ ਰਹੇ ਨੇ, ਕਦੇ ਗੁਰਦੁਆਰੇ ਢਾਹੇ ਜਾ ਰਹੇ ਨੇ। ਇਹ ਬਹੁਤ ਹੀ ਜਿਹੜੀ ਇਹ ਭਾਜਪਾ ਹੈ, ਇਹਦਾ ਜਿਹੜਾ ਅਸਲੀ ਮਖੌਟਾ ਹੈ ਉਹ ਸਾਰਿਆਂ ਦੇ ਸਾਹਮਣੇ ਹੁਣ ਨੰਗਾ ਹੋ ਚੁੱਕਿਆ ਕਿ ਇਹ ਹਿੰਦੂਵਾਦ ਹੀ ਪੈਦਾ ਕਰਨਾ ਚਾਹੁੰਦੇ ਨੇ, ਘੱਟ ਗਿਣਤੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇੱਥੇ ਇਕੱਠੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਕੇਂਦਰ ਸਰਕਾਰ ਹੈ ਉਹ ਆਪਣਾ ਹਿੰਦੂਤਵ ਦਾ ਜਿਹੜਾ ਏਜੰਡਾ ਇੱਥੇ ਲਾਗੂ ਕਰਨਾ ਚਾਹੁੰਦੀ ਹੈ। ਸਾਡੇ ਨਾਲ ਕੁਛ ਕੁ ਨੌਜਵਾਨ ਵੀ ਨੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ, ਉਹਨਾਂ ਨਾਲ ਵੀ ਗੱਲ ਕਰਾਂਗੇ। ਕੀ ਨਾਂ ਹੈ ਜੀ ਤੁਹਾਡਾ? ਮੁਹੰਮਦ ਅਰਸ਼ਦ। ਅਰਸ਼ਦ, ਇੰਨਾ ਗੁੱਸਾ, ਅੱਜ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਮੁਸਲਿਮ ਭਾਈਚਾਰਾ ਮਲੇਰਕੋਟਲਾ, ਵਿਰੋਧ ਤਾਂ ਦਰਜ ਕਰਵਾਈ ਹੈ, ਤੁਸੀਂ ਕੀ ਕਹੋਗੇ, ਕੀ ਸੁਨੇਹਾ ਦੇਵੋ ਕੇਂਦਰ ਸਰਕਾਰ ਨੂੰ, ਮੋਦੀ ਸਰਕਾਰ ਨੂੰ? ਦੱਸੋ ਜੀ, ਸਾਡਾ ਇੱਕੋ ਹੀ ਸਰਕਾਰ ਨੂੰ ਸੁਨੇਹਾ ਆ ਜੋ NRC ਬਿੱਲ ਲਾਗੂ ਕੀਤਾ ਆ ਜੀ, ਇਹਦੇ ਵਿੱਚ ਸਿਰਫੋ ਸਿਰਫ ਇੱਕ ਨਿਸ਼ਾਨਾ ਕਿ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇਨਡਾਇਰੈਕਟਲੀ। ਜਦ ਦੀ ਉਹ ਸਰਕਾਰ ਆਈ ਹੈ ਸਿਰਫ ਔਰ ਸਿਰਫ ਜੋ ਵੀ ਇਹਨਾਂ ਦੇ ਨਿਸ਼ਾਨਿਆਂ ਨੇ, ਇੱਕੋ ਜੋ ਵੀ ਇਹਨਾਂ ਨੀਤੀਆਂ ਆ ਰਹੀਆਂ ਨੇ ਮੁਸਲਮਾਨਾਂ ਦੇ ਵਿਰੋਧ 'ਚ ਆ ਰਹੀਆਂ ਨੇ, ਜਿਵੇਂ ਪਹਿਲੇ ਕਿ ਟ੍ਰਿਪਲ ਤਲਾਕ ਆਇਆ, ਉਸ ਤੋਂ ਪਹਿਲਾਂ ਆਪਣੇ ਇਹਨਾਂ ਨੇ ਕਸ਼ਮੀਰ ਦੇ ਵਿੱਚ ਜੋ ਕੀਤਾ ਆ, ਔਰ ਅੱਜ ਆਪਣੇ ਜੋ ਇਹਨਾਂ ਨੇ NRC ਬਿੱਲ ਲਾਗੂ ਕੀਤਾ ਆ, ਇਹਦੇ ਵਿੱਚ ਇਹ 70-70 ਸਾਲ ਪੁਰਾਣੇ ਪ੍ਰੂਫ ਮੰਗਦੇ ਆ। ਜੋ ਇੱਥੇ 50 ਸਾਲ ਪਹਿਲਾਂ ਹੀ ਪੈਦਾ ਹੋਇਆ, 30 ਸਾਲ ਪਹਿਲਾਂ ਪੈਦਾ ਹੋਇਆ, ਉਹ ਕਿੱਥੋਂ ਪ੍ਰੂਫ ਆਪਣੇ ਇਕੱਠੇ ਕਰੂਗਾ? ਉਹ ਹਿੰਦੁਸਤਾਨੀ ਨਹੀਂ ਕੀ? ਉਹਨੂੰ ਇਹ ਕਹਿੰਦੇ ਆ ਪਾਕਿਸਤਾਨੀ ਆ, ਉਹ ਪਾਕਿਸਤਾਨੀ ਕਿਵੇਂ ਹੋ ਗਿਆ? ਹਿੰਦੁਸਤਾਨ ਦੇ ਵਿੱਚ ਅਸੀਂ ਇੰਡੀਅਨਸ਼ਿਪ, ਸਾਡੇ ਕੋਲ ਸਾਰਾ ਕੁਛ ਆ, ਸਾਡੇ ਪ੍ਰੂਫ ਨੇ ਸਾਡੇ ਕੋਲ, ਅਸੀਂ ਹਿੰਦੁਸਤਾਨ ਦੇ ਨਾਗਰਿਕ ਆ, ਆਪਣੀ ਗੌਰਮੈਂਟ ਵੱਲੋਂ ਸਾਡੀ ਚੁਣਦੇ ਆ, ਸਾਰਾ ਕੁਛ ਸਾਡੇ ਕੋਲ ਅਧਿਕਾਰ ਹੈ, ਫਿਰ ਅੱਜ ਸਾਨੂੰ ਕਿਉਂ ਇਹ ਪ੍ਰੂਫ ਮੰਗਦੇ ਆ ਸਾਡੇ ਕੋਲ ਕਿਉਂ ਪ੍ਰੂਫ ਮੰਗਦੇ ਆ? ਜ਼ਬਰਦਸਤੀ। ਅਰਸ਼ਦ, ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਬਿੱਲ ਹੈਗਾ ਇਹ ਮੁਸਲਮਾਨਾਂ ਦੇ ਘੱਟ ਗਿਣਤੀਆਂ ਦੇ ਉੱਤੇ, ਹੱਕਾਂ ਦੇ ਉੱਤੇ ਡਾਕਾ ਮੰਨਦੇ ਹੋਏ? ਜੀ ਜੀ ਬੇਸ਼ੱਕ, ਇਹਨਾਂ ਦੀ ਇਹੀ ਨੀਤੀਆਂ ਨੇ ਕਿ ਮੁਸਲਮਾਨ ਜੋ ਘੱਟ ਦਬਕਾ ਆ ਮੁਸਲਮਾਨਾਂ ਦੇ ਉੱਪਰ ਹੀ ਇਹਨਾਂ ਆਪਣੀ ਜੋ ਨੀਤੀਆਂ ਚਲਾ ਰਹੇ ਆ, ਉਹਨਾਂ ਨੂੰ ਇਹ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ, ਔਰ ਇਹਨਾਂ ਦਾ ਕੋਈ ਵੀ ਇੱਕ ਨੀਤੀ ਨਹੀਂ, ਇਹੀ ਮੁਸਲਮਾਨਾਂ ਨੂੰ ਹੀ ਦਬਾਉਣ ਦੀ ਨੀਤੀ ਲੈਣਾ। ਕੀ ਨਾਂ ਹੈ ਤੁਹਾਡਾ? ਮੁਹੰਮਦ ਅਖਤਰ ਜੀ। ਅਖਤਰ, ਅੱਜ ਇੱਥੇ ਤੁਸੀਂ ਇਕੱਠੇ ਹੋਏ ਹੋ, ਕੀ ਕਾਰਨ ਹੈ? ਅੱਜ ਇੱਥੇ ਇਕੱਠੇ ਹੋਣ ਦਾ ਕਾਰਨ ਇਹ ਜੀ ਕਿ ਜਿਹੜਾ ਮੋਦੀ ਸਾਹਿਬ ਨੇ ਕੈਬ ਦਾ ਬਿੱਲ ਪਾਸ ਕੀਤਾ ਹੈ ਉਹ ਸਰਾਸਰ ਮੁਸਲਮਾਨਾਂ ਦੇ ਖਿਲਾਫ ਕੀਤਾ ਆ। ਉਹਦੇ ਵਿੱਚ ਅੱਜ ਮੁਸਲਮਾਨਾਂ ਦਾ ਨਾਮ ਆਇਆ, ਕੱਲ੍ਹ ਨੂੰ ਕਿਸੇ ਹੋਰ ਘੱਟ ਗਿਣਤੀਆਂ ਦਾ ਵੀ ਨਾਮ ਆ ਸਕਦਾ ਆ, ਕਿਉਂਕਿ ਮੋਦੀ ਸਾਹਿਬ ਨੇ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਇੱਕ ਪਹਿਲਾ ਕਦਮ ਚੁੱਕਿਆ, ਲਾ ਲਓ ਕਿ ਇੱਕ ਪੌੜੀ, ਪਹਿਲੀ ਪੌੜੀ ਉਹ ਚੜ੍ਹ ਚੁੱਕੇ ਨੇ ਤਾਂ ਕਿ ਅਸੀਂ ਹਿੰਦੂ ਰਾਸ਼ਟਰ ਇੱਥੇ ਘੋਸ਼ਿਤ ਕਰਕੇ ਇੱਥੇ ਘੱਟ ਗਿਣਤੀਆਂ ਦਾ ਅਸੀਂ ਘਾਨ ਕਰ ਦਈਏ ਟੋਟਲੀ। ਸੋ ਉਹ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰੀਕੇ ਨਾਲ ਜਿਵੇਂ ਤੁਸੀਂ ਕਹਿ ਰਹੇ ਹੋ ਹਿੰਦੂਵਾਦ 'ਤੇ ਇਹ ਵਿਰੋਧਤਾ ਦਾ ਜੋ ਤੁਸੀਂ ਤਰੀਕਾ ਹੈ, ਬਿੱਲ ਤੱਕ ਪਾਸ ਹੋ ਗਿਆ ਹੈ, ਕਾਨੂੰਨ ਬਣ ਗਿਆ, ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਹੈ, ਅਗਲਾ ਕਦਮ ਕੀ ਰਹੇਗਾ ਮੁਸਲਿਮ ਭਾਈਚਾਰੇ ਦਾ? ਸਰ, ਮੁਸਲਿਮ ਭਾਈਚਾਰੇ ਦਾ ਇਹ ਹੈ ਕਿ ਅਸੀਂ ਜਦੋਂ ਤੱਕ ਇਹ ਬਿੱਲ ਨੂੰ ਕੈਂਸਲ ਨਹੀਂ ਕੀਤਾ ਜਾਂਦਾ ਜਾਂ ਇਸ ਦੇ ਵਿੱਚ ਸੋਧ ਨਹੀਂ ਕੀਤੀ ਜਾਂਦੀ, ਮੁਸਲਿਮ ਦਾ ਆਲ ਓਵਰ ਇੰਡੀਆ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ ਹੈ, ਔਰ ਇਨਸ਼ਾਅੱਲਾ ਅਸੀਂ ਉਦੋਂ ਤੱਕ ਇਹ ਪ੍ਰੋਟੈਸਟ ਕਰਦੇ ਰਹਾਂਗੇ ਜਦੋਂ ਤੱਕ ਇਸ ਬਿੱਲ ਦੇ ਵਿੱਚ ਸੋਧ ਨਹੀਂ ਕੀਤੀ ਜਾਂਦੀ, ਜਿੱਥੇ ਹੋਰ
ਹੋਰ ਕੌਮਾਂ ਦਾ ਨਾਮ ਲਿੱਤਾ ਗਿਆ ਬਿੱਲ ਦੇ ਵਿੱਚ ਤਾਂ ਉੱਥੇ ਮੁਸਲਮਾਨਾਂ ਦਾ ਵੀ ਇਸ ਚੀਜ਼ ਦੇ ਵਿੱਚ ਨਾਮ ਹੋਣਾ ਚਾਹੀਦਾ ਆ, ਕਿਉਂਕਿ ਮੁਸਲਮਾਨ ਵੀ ਓਨੇ ਹੀ ਵਸਿੰਦੇ ਨੇ ਜਿੰਨੇ ਹੋਰ ਲੋਕ ਇੱਥੇ ਰਹਿਣ ਵਾਲੇ ਨੇ, ਸਵਰਨਕਾਰ ਨੇ, ਜਿਹੜੇ ਵੀ ਨੇ ਉਹ ਇੱਥੇ ਇੰਡੀਆ ਦੇ ਵਿੱਚ ਰਹਿਣਾ ਚਾਹੁੰਦੇ ਨੇ, ਅਸੀਂ ਵੀ ਉਵੇਂ ਹੀ ਇੱਥੇ ਰਹਿਣਾ ਚਾਹੁੰਦੇ ਹਾਂ, ਕਿਉਂਕਿ ਇਹ ਜਿਹੜਾ ਸਿਸਟਮ ਇਹਨਾਂ ਨੇ ਕੀਤਾ ਆ ਇਹ ਸਰਾਸਰ ਮੁਸਲਮਾਨਾਂ ਦੇ ਖਿਲਾਫ ਹੋਣ ਵਾਲਾ ਕੀਤਾ ਆ। ਇੱਕ ਮੁਸਲਿਮ ਭਾਈਚਾਰੇ ਦੇ ਵਿੱਚ ਕਾਫੀ ਜਿਹੜਾ ਰੋਸ ਦਾ ਮਾਹੌਲ ਹੈ, ਨੌਜਵਾਨਾਂ ਦਾ ਕਹਿਣਾ ਹੈ ਕਿ ਜਿਹੜਾ ਕੈਬ ਇਹ ਬਿੱਲ ਹੈਗਾ, ਜਿਹੜਾ ਕਾਨੂੰਨ ਬਣਿਆ, ਰਾਸ਼ਟਰਪਤੀ ਨੇ ਮਨਜ਼ੂਰੀ ਵੀ ਦਿੱਤੀ ਆ, ਉਹ ਘੱਟ ਗਿਣਤੀ ਦੇ ਹੱਕਾਂ ਦੇ ਉੱਤੇ ਬਿਲਕੁਲ ਡਾਕਿਆ, ਅਤੇ ਇਹ ਜਿਹੜਾ ਕਾਨੂੰਨ ਹੈ ਕਿਸੇ ਵੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ, ਅਤੇ ਨਾ ਹੀ ਇਸ ਨੂੰ ਉਹ ਮੁਲਕ ਦਾ ਕਾਨੂੰਨ ਮੰਨਣਗੇ। ਕਾਸਿਫ ਫਾਰੂਕੀ, ਹਕੀਕਤ ਟੀਵੀ ਪੰਜਾਬੀ, ਮਲੇਰਕੋਟਲਾ।